ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਸ਼ਹੂਰ ਵਕੀਲ ਅਤੇ ਨੇਚਰ ਆਰਟਿਸਟ ਹਰਪ੍ਰੀਤ ਸੰਧੂ ਗੋਆ ਪਹੁੰਚੇ ਜਿੱਥੇ ਉਹਨਾਂ ਨੇ ਗੋਆ ਪੁਲਿਸ ਹੈੱਡਕੁਆਰਟਰ ਦੇ ਵਿੱਚ ਆਪਣੇ ਵੱਲੋਂ ਬਣਾਈ ਗਈ ਕਾਫੀ ਟੇਬਲ ਬੁੱਕ ਪੇਂਟ ਕੀਤੀ ਜਿਸ ਨੂੰ DGP ਜਸਪਾਲ ਸਿੰਘ ਹੁਣਾਂ ਦੇ ਵੱਲੋਂ ਲਾਂਚ ਕੀਤਾ ਗਿਆ। ਗੋਆ ਪੁਲਿਸ ਹੈੱਡਕੁਆਰਟਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਹਰਪ੍ਰੀਤ ਸੰਧੂ ਦੇ ਵੱਲੋਂ ਬਣਾਈ ਗਈ ਕਾਫੀ ਟੇਬਲ ਬੁੱਕ ਨੂੰ ਲਾਂਚ ਕੀਤਾ ਗਿਆ ਅਤੇ ਉਸਦੀ ਸ਼ਲਾਘਾ ਵੀ ਕੀਤੀ ਗਈ। ਦੱਸਦੀ ਕਿ ਹਰਪ੍ਰੀਤ ਸੰਧੂ ਪੰਜਾਬ ਦੇ ਕੁਦਰਤੀ ਨਜ਼ਾਰਿਆਂ ਨੂੰ ਲੈ ਕੇ ਪਹਿਲਾਂ ਵੀ ਕਈ ਅਜਿਹੀਆਂ ਪਹਿਲਕਦਮੀਆਂ ਕਰ ਚੁੱਕੇ ਨੇ। ਇਸ ਦੇ ਨਾਲ ਹੀ 400ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਖਾਸ ਤੌਰ ਦੇ ਉੱਪਰ ਕਾਫੀ ਟੇਬਲ ਬੁੱਕ ਬਣਾਈ ਗਈ ਸੀ, ਉਹ ਵੀ ਅੱਜ ਇੱਥੇ ਭੇਂਟ ਕੀਤੀ ਗਈ। ਖੂਬਸੂਰਤੀ ਨੂੰ ਉਹਨਾਂ ਨੇ ਤਸਵੀਰਾਂ ਦੇ ਜ਼ਰੀਏ ਆਪਣੀ ਕੰਫਰਟੇਬਲ ਬੁੱਕ ਦੇ ਵਿੱਚ ਬਿਆਨ ਕੀਤਾ, ਉਹ ਵੀ ਅੱਜ ਇੱਥੇ ਲਾਂਚ ਕੀਤੀ ਗਈ। ਇਸ ਸੰਬੰਧੀ ਉਹਨਾਂ ਦੇ ਵੱਲੋਂ ਜੋ ਫਿਲਮ ਬਣਾਈ ਗਈ ਹੈ ਉਹ ਵੀ ਇੱਥੇ ਦਿਖਾਈ ਗਈ, ਜਿਸ ਦੀ ਕਾਫੀ ਜ਼ਿਆਦਾ ਸ਼ਲਾਘਾ ਇੱਥੇ ਕੀਤੀ ਗਈ ਹੈ। ਤਾਂ ਇਹ ਤਸਵੀਰਾਂ ਗੋਆ ਦੀਆਂ ਨੇ ਜਿੱਥੇ ਹਰਪ੍ਰੀਤ ਸੰਧੂ ਵੱਲੋਂ ਬਣਾਈ ਗਈ ਕਾਫੀ ਟੇਬਲ ਬੁੱਕ ਨੈਚੁਰਲ ਬੀਚ ਆਫ ਲੁਧਿਆਣਾ ਨੂੰ DGP ਜਸਪਾਲ ਸਿੰਘ ਹੁਣਾਂ ਦੇ ਵੱਲੋਂ ਲਾਂਚ ਕੀਤਾ ਗਿਆ, ਜੋ ਕਿ ਹਰਪ੍ਰੀਤ ਸੰਧੂ ਦੇ ਵੱਲੋਂ ਗੋਆ ਟੂਰਿਜ਼ਮ ਨੂੰ ਸਮਰਪਣ ਕੀਤੀ ਗਈ ਹੈ ਤਾਂ ਜੋ ਲੋਕ ਪੰਜਾਬ ਅਤੇ ਇਸ ਦੇ ਕੁਦਰਤੀ ਨਜ਼ਾਰਿਆਂ ਤੋਂ ਵਾਕਿਫ ਹੋ ਸਕਣ। ਦੱਸਦੀ ਕਿ ਪਿਛਲੇ ਹੀ ਹਫ਼ਤੇ ਇਹ ਕਾਫੀ ਟੇਬਲ ਬੁੱਕ ਬਣ ਕੇ ਰੈਡੀ ਹੋਈ ਹੈ, ਜਿਸ ਦੀ ਲਾਂਚ ਪੰਜਾਬ ਦੇ ਵਿੱਚ ਹੋਈ ਅਤੇ ਹੁਣ ਦੇਸ਼ ਵਿਦੇਸ਼ ਦੇ ਕੋਨੇ ਕੋਨੇ ਤੱਕ ਹਰਪ੍ਰੀਤ ਸੰਧੂ ਇਸ ਨੂੰ ਪਹੁੰਚਾ ਰਹੇ ਨੇ। ਵਿਕਟੋਰੀਅਲ ਵਿਜ਼ਨ ਦੇ ਜ਼ਰੀਏ ਕੁਦਰਤੀ ਖੂਬਸੂਰਤੀ ਨੂੰ ਦਰਸਾਇਆ ਗਿਆ ਹੈ। ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕੁਦਰਤੀ ਨਜ਼ਾਰੇ ਦਿਖਾਈ ਦਿੰਦੇ ਨੇ ਉਹਨਾਂ ਨੂੰ ਇਸ ਦੇ ਵਿੱਚ ਦਰਸਾਇਆ ਗਿਆ। ਖਾਸ ਤੌਰ ਦੇ ਉੱਪਰ ਜੋ ਲੁਧਿਆਣਾ 'ਚ ਸਤਲੁਜ ਦੇ ਕੰਢੇ ਦੀ ਖੂਬਸੂਰਤੀ ਹੈ ਉਸ ਨੂੰ ਬਿਆਨ ਕੀਤਾ ਗਿਆ ਹੈ। ਇਸ ਸੰਬੰਧੀ ਇਹ ਫਿਲਮ ਅਤੇ ਕੰਫਰਟੇਬਲ ਬੁੱਕ ਗੋਆ ਟੂਰਿਜ਼ਮ ਨੂੰ ਡੈਡੀਕੇਟ ਕੀਤੀ ਗਈ ਹੈ। ਇਸ ਮੌਕੇ ਦੇ ਉੱਪਰ DGP ਜਸਪਾਲ ਸਿੰਘ ਹੁਣਾਂ ਨੇ ਕਿਹਾ ਕਿ ਹਰਪ੍ਰੀਤ ਸੰਧੂ ਹੁਣਾਂ ਦੇ ਨਾਲ ਮੁਲਾਕਾਤ ਬੇਹੱਦ ਜ਼ਿਆਦਾ ਵਧੀਆ ਰਹੀ ਹੈ। ਜੋ ਉਹਨਾਂ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਨੇ, ਜੋ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਨੇ ਉਹ ਬੇਹੱਦ ਜ਼ਿਆਦਾ ਵਧੀਆ ਨੇ। ਬੜੇ ਸੁਚੱਜੇ ਢੰਗ ਦੇ ਨਾਲ ਉਹਨਾਂ ਦੇ ਵੱਲੋਂ ਇਹ ਸੁਨੇਹਾ ਦਿੱਤਾ ਗਿਆ ਕਿ ਅੱਜ ਨੌਜਵਾਨ ਪੀੜ੍ਹੀ ਨੂੰ ਖਾਸ ਤੌਰ ਦੇ ਉੱਪਰ ਲੋੜ ਹੈ ਕਿ ਆਪਣੇ ਵਿਰਸੇ ਨੂੰ ਪਛਾਣਨ, ਜੋ ਆਪਣੀ ਦੇਸ਼ ਦੀ ਖੂਬਸੂਰਤੀ ਹੈ ਉਸਦਾ ਆਨੰਦ ਮਾਣਨ। ਇਸੇ ਦੇ ਚੱਲਦੇ ਉਹਨਾਂ ਦੇ ਵੱਲੋਂ ਇਸ ਕੰਫਰਟੇਬਲ ਬੁੱਕ ਦੀ ਸ਼ਲਾਘਾ ਕੀਤੀ ਗਈ। ਅੱਜ ਮੈਨੂੰ ਹਰਪ੍ਰੀਤ ਸੰਧੂ ਜੀ ਨੇ ਕੁਦਰਤ ਲੁਧਿਆਣੇ ਦੇ ਕੰਢੇ ਇੱਕ ਕਾਫੀ ਟੇਬਲ ਬੁੱਕ ਪ੍ਰੈਜ਼ੈਂਟ ਕੀਤੀ ਹੈ। ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਪੰਜਾਬ ਦੀ ਨੈਚੁਰਲ ਬਿਊਟੀ ਨੂੰ ਪੂਰੇ ਵਿਸ਼ਵ ਤੱਕ ਪਹੁੰਚਾਉਣ ਦਾ, ਔਰ ਇਹਦੇ ਨਾਲ ਲੋਕ ਪੰਜਾਬ ਦੇ ਬਾਰੇ ਕਾਫੀ ਚੀਜ਼ਾਂ ਜਾਣ ਸਕਣਗੇ, ਔਰ ਜੋ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਉਹਦੇ ਬਾਰੇ ਮੈਨੂੰ ਕੀ ਇੱਥੋਂ ਦੀ ਕੁਦਰਤ ਦੀ ਬਿਊਟੀ ਹੈ ਔਰ ਕੀ ਇੱਥੋਂ ਦਾ ਫਲੋਰਾ ਹੈ ਉਸਦੇ ਬਾਰੇ ਇਸ ਬਾਰੇ ਜਾਣਕਾਰੀ ਹੋਏਗੀ। ਔਰ ਮੈਂ ਸਮਝਦਾ ਕਿ ਹਰਪ੍ਰੀਤ ਜੀ ਦਾ ਇੱਕ ਬਹੁਤ ਹੀ ਵੱਡਾ ਉਪਰਾਲਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਸ਼ਹੂਰ ਵਕੀਲ ਅਤੇ ਨੇਚਰ ਆਰਟਿਸਟ ਹਰਪ੍ਰੀਤ ਸੰਧੂ ਗੋਆ ਪਹੁੰਚੇ ਜਿੱਥੇ ਉਹਨਾਂ ਨੇ ਗੋਆ ਪੁਲਿਸ ਹੈੱਡਕੁਆਰਟਰ ਦੇ ਵਿੱਚ ਆਪਣੇ ਵੱਲੋਂ ਬਣਾਈ ਗਈ ਕਾਫੀ ਟੇਬਲ ਬੁੱਕ ਪੇਂਟ ਕੀਤੀ, ਜਿਸ ਨੂੰ DGP ਜਸਪਾਲ ਸਿੰਘ ਹੁਣਾਂ ਦੇ ਵੱਲੋਂ ਲਾਂਚ ਕੀਤਾ ਗਿਆ। ਗੋਆ ਪੁਲਿਸ ਹੈੱਡਕੁਆਰਟਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਹਰਪ੍ਰੀਤ ਸੰਧੂ ਦੇ ਵੱਲੋਂ ਬਣਾਈ ਗਈ ਕਾਫੀ ਟੇਬਲ ਬੁੱਕ ਨੂੰ ਲਾਂਚ ਕੀਤਾ ਗਿਆ ਅਤੇ ਉਸਦੀ ਸ਼ਲਾਘਾ ਵੀ ਕੀਤੀ ਗਈ। ਦੱਸਦੀ ਕਿ ਹਰਪ੍ਰੀਤ ਸੰਧੂ ਪੰਜਾਬ ਦੇ ਕੁਦਰਤੀ ਨਜ਼ਾਰਿਆਂ ਨੂੰ ਲੈ ਕੇ ਪਹਿਲਾਂ ਵੀ ਕਈ ਅਜਿਹੀਆਂ ਪਹਿਲਕਦਮੀਆਂ ਕਰ ਚੁੱਕੇ ਨੇ। ਇਸ ਦੇ ਨਾਲ ਹੀ 400ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਖਾਸ ਤੌਰ ਦੇ ਉੱਪਰ ਕਾਫੀ ਟੇਬਲ ਬੁੱਕ ਬਣਾਈ ਗਈ ਸੀ, ਉਹ ਵੀ ਅੱਜ ਇੱਥੇ ਭੇਂਟ ਕੀਤੀ ਗਈ। ਖੂਬਸੂਰਤੀ ਨੂੰ ਉਹਨਾਂ ਨੇ ਤਸਵੀਰਾਂ ਦੇ ਜ਼ਰੀਏ ਆਪਣੀ ਕੰਫਰਟੇਬਲ ਬੁੱਕ ਦੇ ਵਿੱਚ ਬਿਆਨ ਕੀਤਾ, ਉਹ ਵੀ ਅੱਜ ਇੱਥੇ ਲਾਂਚ ਕੀਤੀ ਗਈ। ਇਸ ਸੰਬੰਧੀ ਉਹਨਾਂ ਦੇ ਵੱਲੋਂ ਜੋ ਫਿਲਮ ਬਣਾਈ ਗਈ ਹੈ ਉਹ ਵੀ ਇੱਥੇ ਦਿਖਾਈ ਗਈ, ਜਿਸ ਦੀ ਕਾਫੀ ਜ਼ਿਆਦਾ ਸ਼ਲਾਘਾ ਇੱਥੇ ਕੀਤੀ ਗਈ ਹੈ। ਤਾਂ ਇਹ ਤਸਵੀਰਾਂ ਗੋਆ ਦੀਆਂ ਨੇ ਜਿੱਥੇ ਹਰਪ੍ਰੀਤ ਸੰਧੂ ਵੱਲੋਂ ਬਣਾਈ ਗਈ ਕਾਫੀ ਟੇਬਲ ਬੁੱਕ ਨੈਚੁਰਲ ਬੀਚ ਆਫ ਲੁਧਿਆਣਾ ਨੂੰ DGP ਜਸਪਾਲ ਸਿੰਘ ਹੁਣਾਂ ਦੇ ਵੱਲੋਂ ਲਾਂਚ ਕੀਤਾ ਗਿਆ, ਜੋ ਕਿ ਹਰਪ੍ਰੀਤ ਸੰਧੂ ਦੇ ਵੱਲੋਂ ਗੋਆ ਟੂਰਿਜ਼ਮ ਨੂੰ ਸਮਰਪਣ ਕੀਤੀ ਗਈ ਹੈ ਤਾਂ ਜੋ ਲੋਕ ਪੰਜਾਬ ਅਤੇ ਇਸ ਦੇ ਕੁਦਰਤੀ ਨਜ਼ਾਰਿਆਂ ਤੋਂ ਵਾਕਿਫ ਹੋ ਸਕਣ। ਦੱਸਦੀ ਕਿ ਪਿਛਲੇ ਹੀ ਹਫ਼ਤੇ ਇਹ ਕਾਫੀ ਟੇਬਲ ਬੁੱਕ ਬਣ ਕੇ ਰੈਡੀ ਹੋਈ ਹੈ, ਜਿਸ ਦੀ ਲਾਂਚ ਪੰਜਾਬ ਦੇ ਵਿੱਚ ਹੋਈ ਅਤੇ ਹੁਣ ਦੇਸ਼ ਵਿਦੇਸ਼ ਦੇ ਕੋਨੇ ਕੋਨੇ ਤੱਕ ਹਰਪ੍ਰੀਤ ਸੰਧੂ ਇਸ ਨੂੰ ਪਹੁੰਚਾ ਰਹੇ ਨੇ। ਵਿਕਟੋਰੀਅਲ ਵਿਜ਼ਨ ਦੇ ਜ਼ਰੀਏ ਕੁਦਰਤੀ ਖੂਬਸੂਰਤੀ ਨੂੰ ਦਰਸਾਇਆ ਗਿਆ ਹੈ। ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕੁਦਰਤੀ ਨਜ਼ਾਰੇ ਦਿਖਾਈ ਦਿੰਦੇ ਨੇ ਉਹਨਾਂ ਨੂੰ ਇਸ ਦੇ ਵਿੱਚ ਦਰਸਾਇਆ ਗਿਆ। ਖਾਸ ਤੌਰ ਦੇ ਉੱਪਰ ਜੋ ਲੁਧਿਆਣਾ 'ਚ ਸਤਲੁਜ ਦੇ ਕੰਢੇ ਦੀ ਖੂਬਸੂਰਤੀ ਹੈ ਉਸ ਨੂੰ ਬਿਆਨ ਕੀਤਾ ਗਿਆ ਹੈ। ਇਸ ਸੰਬੰਧੀ ਇਹ ਫਿਲਮ ਅਤੇ ਕੰਫਰਟੇਬਲ ਬੁੱਕ ਗੋਆ ਟੂਰਿਜ਼ਮ ਨੂੰ ਡੈਡੀਕੇਟ ਕੀਤੀ ਗਈ ਹੈ।
इस मौके दे उपर DGP जसपाल सिंह हुणा ने कहा कि हरप्रीत संधू हुणा दे नाल मुलाकात बेहद ज़्यादा वधिया रही है, जो उन्हां दे वल्लों कदम चुके जा रहे ने, जो पहलकदमियां कीतियां जा रही ने वह बेहद ज़्यादा वधिया ने। बड़े सुचजे ढंग दे नाल उन्हां दे वल्लों यह सुनेहा दिता गया कि अज नौजवान पीढ़ी नूं खास तौर दे उपर लोड़ है कि अपने विरसे नूं पछाणन, जो अपनी देश की खूबसूरती है उसका आनंद मानन। इसे दे चलते उन्होंने वालों इस कॉम्फर्टेबल बुक की शलाघा की गई। अज मैं हरप्रीत संधू जी ने कुदरत लुधियाने के कंडे एक कॉम्फर्टेबल बुक प्रजेंट की है। ये एक बहुत ही वधिया उपराला है पंजाब की नैचुरल ब्यूटी पूरे विश्व तक पहुँचाउण दा, और ये नाल लोग पंजाब के बारे काफ़ी चीज़ा जान सकेंगे, और जो पंजाब पंच दरियावां की धरती है वो बारे उन्होंने की इतों की कुदरती ब्यूटी है और की इतों का फ्लोरा है उसके बारे इस बारे जानकारी होगी। और मैं समझदा कि हरप्रीत जी का एक बहुत ही बड़ा उपराला है। बाबा यामीन बंगाली गोल्ड मेडलिस्ट, तुहाड़े शहर च पहली बार अद्भुत शक्ति चमत्कार वेखो। देश विदेश च बैठे सानू व्हाट्सएप ते भी कॉल कर सकते ने। घर बैठे 11 मिनटां च 101% गारंटी नाल समाधान। वशीकरण ते मुठकरनी दे माहिर, सब तो पहला काम करन दा वादा। नौकरी प्रमोशन कारोबार च परेशानी, घर च झगड़ा, बरकत औलाद कहने तो बार होना, कोर्ट केस, तलाक, प्रॉपर्टी डिस्प्यूट, गुप्त रोग, पुराना दर्द, पति पत्नी चनबन, जादू टोना, मनमोहनी वशीकरण करवाना जा तुड़वाना, सौतन दुश्मन तो छुटकारा सदा लई, रुस्से नू मनाउणा, प्यार मोहब्बत। बाबा यामीन बंगाली 96435032321।